ਰੰਗਾਂ ਦਾ ਸਾਡੀ ਜ਼ਿੰਦਗੀ ਵਿੱਚ ਅਹਿਮ ਸਥਾਨ ਹੈ। ਜਦੋਂ ਰੰਗ ਬ੍ਰਸ਼ ਰਾਹੀਂ ਕੈਨਵਸ 'ਤੇ ਕਰੀਨੇ ਨਾਲ ਉਤਾਰੇ ਜਾਂਦੇ ਨੇ ਤਾਂ ਕਈ ਅਣਕਹੇ ਅਤੇ ਅਣਛੋਹੇ ਸੁਖਮ ਭਾਵਾਂ ਦੀ ਤਰਜ਼ਾਨੀ ਕਰ ਜਾਂਦੇ ਨੇ। ਰੰਗਾਂ ਰਾਹੀਂ ਆਪਣੇ ਅਨੁਭਵ ਨੂੰ ਕੈਨਵਸ 'ਤੇ ਉਤਾਰਨ ਵਾਲੇ ਕੁਝ ਨੌਜਵਾਨ ਚਿੱਤਰਕਾਰਾਂ ਵੱਲੋਂ ਜਲੰਧਰ ਦੇ ਵਿਰਸਾ ਵਿਹਾਰ ਵਿੱਚ ਇੱਕ ਪੇਂਟਿੰਗ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਕਲਾ ਪ੍ਰੇਮੀਆਂ ਨੇ ਪਹੁੰਚ ਇਹਨਾਂ ਨੌਜਵਾਨ ਚਿੱਤਰਕਾਰਾਂ ਦਾ ਹੌਸਲਾ ਵਧਾਇਆ। ਪੇਂਟਿੰਗ ਰਾਹੀਂ ਕਲਾਕਾਰ ਦਾ ਆਪਣੇ ਆਪ ਦੇ ਨਾਲ ਮੇਲ ਹੁੰਦਾ ਏ। ਉਹ ਕੈਨਵਸ 'ਤੇ ਉਹੀ ਉਤਾਰਦਾ ਏ ਜੋ ਉਸਦੇ ਆਪਣੇ ਮਨ ਵਿੱਚ ਚੱਲ ਰਿਹਾ ਹੁੰਦਾ ਏ ਅਤੇ ਆਪਣੀ ਪੇਂਟਿੰਗ ਸਦਕਾ ਉਹ ਸਮਾਜ ਦੀਆਂ ਬੁਰਾਈਆਂ ਨੂੰ ਵੀ ਦੂਰ ਕਰਨ ਦੀ ਕੋਸ਼ਿਸ਼ ਕਰ ਸਕਦਾ ਏ। ਇਹੋ ਭਾਵਨਾ ਮਨ ਵਿੱਚ ਲੈ ਕੇ ਨੌਜਵਾਨ ਕਲਾਕਾਰਾਂ ਵੱਲੋਂ ਅੱਜ ਵਿਰਸਾ ਵਿਹਾਰ ਜਲੰਧਰ ਵਿਖੇ ਪ੍ਰਯਾਸ ਇੱਕ ਕੋਸ਼ਿਸ਼ ਨਾਂ ਦੀ ਪੇਂਟਿੰਗ ਪ੍ਰਦਰਸ਼ਨੀ ਲਗਾਈ ਗਈ, ਜੋ ਕਿ 3 ਦਿਨ ਤੱਕ ਚੱਲੇਗੀ, 20 ਤੋਂ ਲੈ ਕੇ 22 ਜੂਨ ਤੱਕ। ਅੱਜ ਇਸ ਦਾ ਦੂਸਰਾ ਦਿਨ ਸੀ। ਇਸ ਵਿੱਚ ਸਾਰੇ ਆਰਟਿਸਟ ਨਵੇਂ ਤਰੀਕੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਇਸ ਦੇ ਜ਼ਿਆਦਾਤਰ ਕਲਾਕਾਰ ਵਿਦਿਆਰਥੀ ਨੇ। ਇਹਨਾਂ ਵਿਦਿਆਰਥੀਆਂ ਨੇ ਆਪਣੀ ਪੇਂਟਿੰਗਸ ਰਾਹੀਂ ਸਮਾਜ ਦੀਆਂ ਬੁਰਾਈਆਂ ਨੂੰ ਉਠਾਇਆ ਅਤੇ ਲੋਕਾਂ ਅੱਗੇ ਇਸ ਨੂੰ ਖਤਮ ਕਰਨ ਦਾ ਸੰਦੇਸ਼ ਦਿੱਤਾ। ਪੇਂਟਿੰਗਸ ਪ੍ਰਦਰਸ਼ਨੀ ਦੇਖਣ ਵਾਲਿਆਂ ਨੇ ਵੀ ਕਲਾਕਾਰਾਂ ਦੀ ਖੂਬ ਸਿਫਤ ਕੀਤੀ ਅਤੇ ਉਹਨਾਂ ਦੇ ਪ੍ਰਯਾਸ ਦੀ ਵਡਿਆਈ ਕੀਤੀ। ਸਾਰੇ ਹੀ ਚਿੱਤਰਕਾਰਾਂ ਵੱਲੋਂ ਆਪਣੀਆਂ ਪੇਂਟਿੰਗਸ ਨੂੰ ਵੱਖਰੇ ਵੱਖਰੇ ਢੰਗ ਨਾਲ ਪੇਸ਼ ਕੀਤਾ ਗਿਆ ਏ। ਸਾਰੇ ਆਰਟਿਸਟ ਨੇ ਮਿਲ ਕੇ ਨਵੇਂ ਤਰੀਕੇ ਨਾਲ ਇਹ ਕੰਮ ਕੀਤਾ ਆ। ਅਸੀਂ ਸਾਰੇ ਨਵੇਂ ਸਟੂਡੈਂਟਾਂ 'ਤੇ ਇੱਕ ਪ੍ਰਯਾਸ ਕੀਤੀ ਆ, ਇੱਕ ਕੋਸ਼ਿਸ਼ ਕੀਤੀ ਆ ਕਿ ਅਸੀਂ ਆਪਣੇ ਆਰਟ ਦੇ ਦੁਆਰਾ ਸਮਾਜਿਕ ਮੁੱਦਿਆਂ ਨੂੰ ਉਠਾ ਸਕੀਏ, ਸਮਾਜ ਦੇ ਸਾਹਮਣੇ ਇੱਕ ਅਜਿਹੀ ਜ਼ਿੰਦਗੀ ਨੂੰ ਸਾਹਮਣੇ ਲਿਆ ਸਕੀਏ ਜੋ ਸਾਡੇ ਸਮਾਜ ਵਿੱਚ ਕੁਰੀਤੀਆਂ ਨੇ ਸਥਾਨ ਲੈ ਲਿਆ ਆ, ਉਹਨਾਂ ਨੂੰ ਅਸੀਂ ਖਤਮ ਕਰ ਸਕੀਏ। ਸਾਨੂੰ ਇੱਥੇ ਬਹੁਤ ਚੰਗਾ ਲੱਗ ਰਿਹਾ ਹੈ ਐਗਜੀਬਿਸ਼ਨ ਕਰਕੇ, ਅਤੇ ਸਾਡੀ ਐਗਜੀਬਿਸ਼ਨ ਨੂੰ ਬਹੁਤ ਅੱਛਾ ਰਿਸਪੋਂਸ ਵੀ ਦਿੱਤਾ ਹੈ ਲੋਕਾਂ ਨੇ। ਇਹਦੇ ਵਿੱਚ ਸਾਰੇ ਆਰਟਿਸਟਾਂ ਨੇ ਆਪਣੀ ਪੇਂਟਿੰਗ ਨੂੰ ਵੱਖਰੇ ਵੱਖਰੇ ਤਰੀਕੇ ਨਾਲ ਦਿਖਾਇਆ, ਜਿਸ ਤਰ੍ਹਾਂ ਫਰੀਡਮ ਪੇਂਟਿੰਗ ਉਹਦੇ ਵਿੱਚ ਲੜਕੀ ਦੇ ਹਾਲਾਤਾਂ ਨੂੰ ਦਿਖਾਇਆ ਗਿਆ ਵਾ, ਜਿਸ ਤਰ੍ਹਾਂ ਉਮੀਦਾਂ ਦੇ ਚਿਰਾਗ ਪੇਂਟਿੰਗ, ਅਫਸਾਨੇ ਸਰਤਾਜ ਦੇ, ਉਮਰਾਂ ਦੇ ਪੈਂਡੇ, ਮੋਹ ਦੀਆਂ ਤੰਦਾਂ, ਇਹ ਸਾਰੀਆਂ ਪੇਂਟਿੰਗ ਸਾਰੇ ਦਰਸ਼ਕਾਂ ਨੂੰ ਬਹੁਤ ਪਸੰਦ ਆਈਆਂ।